ਕਿਸਾਨ ਸੰਗਠਨਾਂ ਨੇ ਸ਼ੰਭੂ ਬਾਰਡਰ ਤੇ ਕੀਤੀ ਪ੍ਰੈਸ ਕਾਨਫਰੰਸ। ਸੜਕਾਂ ਕਿਨਾਰੇ ਨਹੀਂ ਬਲਕਿ ਹਰਿਆਣਾ ਅਤੇ ਕੇਂਦਰ ਸਰਕਾਰ ਵੱਲੋਂ ਬੰਦ ਕੀਤੀਆਂ ਗਈਆਂ ਕੇਂਦਰ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਇਸ਼ਾਰੇ ਤੇ ਹੋਈ 23 ਜੂਨ ਵਾਲੀ ਘਟਨਾ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼। ਇਹਨਾਂ ਸਾਰੀਆਂ ਗੱਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਔਰ ਇਸ ਪ੍ਰੈਸ ਕਾਨਫਰੰਸ ਵਿੱਚ ਹੋਰ ਕੀ ਕਿਹਾ ਲਓ ਤੁਸੀਂ ਵੀ। ਮੈਂ ਕਾਕਾ ਸਿੰਘ ਕੋਲਡਾ ਸੂਬਾ ਜਨਰਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤੀ ਨਾਲ ਮੇਰੇ ਤੋਂ ਪਹਿਲਾਂ ਕਿਉਂਕਿ ਇਹ ਪ੍ਰਧਾਨ ਜੀ ਮੌਕੇ 'ਤੇ ਸੀ ਜਦੋਂ ਸਟੇਜ ਚੱਲਦੀ ਸੀ ਜਿਹੜੀ ਸਾਰੀ ਘਟਨਾ ਹੋਈ ਕੀ ਹੈ ਉਹਦੇ ਨਾਲ ਸੰਬੰਧਿਤ ਕੱਲ੍ਹ ਸਾਡੀ SSP ਨਾਲ ਵੀ ਮੀਟਿੰਗ ਹੋਈ ਹੈ। ਅਸੀਂ ਉੱਥੇ ਵੀ ਸਵਾਲ ਇਹ ਕੀਤਾ ਸੀਗਾ ਕਿ ਆਮ ਜਦੋਂ ਕਿਤੇ ਅਸੀਂ ਪਿੰਡਾਂ ਦੇ ਵਿੱਚੋਂ ਕਿਤੇ ਪ੍ਰੋਗਰਾਮ 'ਚ ਤੁਰਦੇ ਹਾਂ ਤਾਂ ਅਟੇਲੀਆਂ ਏਜੰਸੀ ਪਹਿਲਾਂ ਰਿਪੋਰਟ ਦਿੰਦੇ ਨੇ ਫਲਾਣੇ ਪਿੰਡੋਂ ਇੰਨੇ ਬੰਦੇ ਆ ਰਹੇ ਨੇ, ਫਲਾਣੇ ਥਾਂ ਰੋਡ 'ਤੇ ਜਾਣਗੇ, ਘਰਾਓ ਕਰਨਗੇ, ਧਰਨਾ ਦੇਣਗੇ। ਕੀ ਇੱਥੋਂ ਦੀ ਟੈਲੀਏਜੰਸੀ ਨੂੰ ਨਹੀਂ ਸੀ ਪਤਾ ਬੰਦੇ ਅੰਬਾਲੇ ਤੋਂ ਚੱਲ ਕੇ ਇਕੱਠੇ ਹੋ ਕੇ ਇੱਥੇ ਆ ਰਹੇ ਆ, ਪੰਜਾਬ ਦੇ ਵਿੱਚੋਂ ਇੱਥੇ ਬੰਦੇ ਆ ਰਹੇ ਨੇ, ਉਹਨਾਂ ਦੀ ਪਹਿਲਾਂ ਗੁਰੂ ਘਰ ਦੇ ਵਿੱਚ ਮੀਟਿੰਗ ਹੁੰਦੀ ਹੈ ਨਾਲ ਸਾਡੇ ਇੱਥੇ ਗਵਾਂਢੀ ਪਿੰਡ ਦੇ ਵਿੱਚ ਮੀਟਿੰਗ ਕਰਕੇ ਫੈਸਲਾ ਕਰਦੇ ਨੇ ਵੀ ਆਪਾਂ ਉੱਥੇ ਜਾਣਾ ਹੈ, ਗੱਲਬਾਤ ਨਹੀਂ ਕਰਨੀ, ਇਸ਼ੂ ਇਹੀ ਉਠਾਉਣਾ ਹੈ ਕਿ ਇਸ ਮੋਰਚੇ ਨੂੰ ਬਦਨਾਮ ਕਰਨਾ। ਕਿਉਂਕਿ ਜਿਹੜੇ ਸਵਾਲ ਵਾਰ ਵਾਰ ਚੱਲ ਰਹੀ ਹੈ ਚਰਚਾ ਕਿ ਰਸਤਾ ਰੋਕਿਆ, ਅਸੀਂ ਇਹ ਦੋਨੇ ਫੋਰਮਾਂ ਵੱਲੋਂ ਕਲੀਅਰ ਕੀਤਾ ਕਿ 13 ਫਰਵਰੀ ਤੋਂ ਪਹਿਲਾਂ ਪੂਰੇ ਪੰਜਾਬ ਦੇ ਵਿੱਚ ਦੂਜੀਆਂ ਸਟੇਟਾਂ ਦੇ ਵਿੱਚ ਮੀਟਿੰਗਾਂ ਕਰਕੇ ਰੈਲੀਆਂ ਕਰਕੇ ਪ੍ਰੋਗਰਾਮ ਤੈਅ ਕੀਤਾ ਸੀਗਾ ਕਿ 13 ਫਰਵਰੀ ਨੂੰ ਦਿੱਲੀ ਚੱਲੋ। ਅਸੀਂ ਦੋਨੇ ਫੋਰਮ ਉਸ ਲਾਂਗ ਤੇ ਅੱਜ ਵੀ ਸਟੈਂਡ ਕਰਦੇ ਹਾਂ ਕਿ ਸਰਕਾਰ ਰੋਕਾਂ ਹਟਾਵੇ, ਅਸੀਂ ਦਿੱਲੀ ਨੂੰ ਜਾਵਾਂ। ਜਿਹੜੀ ਨਾਲ ਰਹੇਗੀ ਪਿੰਡਾਂ ਦੀ ਗੱਲ, ਆ ਸਾਡੇ ਨਾਲ ਉਹ ਖੜੇ ਨੇ ਸਾਰੇ ਪਿੰਡ ਜਿਹੜੇ 13 ਫਰਵਰੀ ਤੋਂ ਲੈ ਕੇ ਲਗਾਤਾਰ ਇਸ ਮੋਰਚੇ ਨਾਲ ਜੁੜੇ ਹੋਏ ਨੇ, ਲੰਗਰ ਪਾਣੀ ਲੈ ਕੇ ਆ ਰਹੇ ਨੇ, ਸਾਡੀਆਂ ਭੈਣਾਂ ਆ ਰਹੀਆਂ ਨੇ, ਅਨਾਉਂਸਮੈਂਟਾਂ ਕਰ ਰਹੇ ਨੇ, ਅੱਜ ਵੀ ਪਿੰਡਾਂ ਦੇ ਵਿੱਚ ਇਕੱਠ ਹੋ ਰਹੇ ਨੇ ਬਈ ਇਹਨਾਂ ਨੇ ਜਾਣ ਬੁੱਝ ਕੇ 5-7 ਬੰਦਿਆਂ ਨੇ ਜਿਹੜੇ ਸਿਆਸੀ ਪਾਰਟੀਆਂ ਨਾਲ ਸੰਬੰਧਿਤ, ਅਸੀਂ ਤਾਂ ਇਹ ਕਹਾਂਗੇ ਜਿਹੜੀ ਲੋਕ ਕਹਿੰਦੇ ਸੀ ਵੀ 20 ਟੀਮ ਹੈ BJP ਤੇ ਆਮ ਆਦਮੀ ਪਾਰਟੀ ਦੋਨੇ ਰਲੇ ਹੋਏ ਨੇ, ਦੋਨੇ ਰਲ ਕੇ, ਕਿਉਂਕਿ ਉਹਦੀਆਂ ਪਿਛਲਾ ਅਮਲ ਦੱਸਦਾ, ਮੁੱਖ ਮੰਤਰੀ ਪੰਜਾਬ ਦਾ ਅਮਲ ਦੱਸਦਾ ਹੈ ਕਿ ਜੋ ਕੁਛ ਕਿਹਾ ਉਹਨੇ ਉਹ ਸਾਰਾ ਕੁਛ ਜੋ BJP ਕਹਿ ਰਹੀ ਹੈ ਉਹੀ ਕੁਛ ਆਮ ਆਦਮੀ ਪਾਰਟੀ ਕਹਿ ਰਹੀ ਹੈ। ਤਾਂ ਅਸੀਂ ਅੱਜ ਦੀ ਮਧਵ ਰਾਹੀਂ ਤੁਹਾਨੂੰ ਇਹ ਸਾਫ਼ ਕਰਨਾ ਚਾਹੁੰਦੇ ਹਾਂ ਕਿ 4 ਮੋਰਚੇ ਇਸ ਵਕਤ ਚੱਲ ਰਹੇ ਆ ਸਾਡੇ ਰਤਨਪੁਰਾ, ਰਾਜਸਥਾਨ, ਡੱਬਵਾਲੀ, ਖਨੌਰੀ, ਸ਼ੰਭੂ ਬਾਰਡਰ 'ਤੇ ਜਿੱਥੇ ਆਪਾਂ ਬੈਠੇ ਹਾਂ, ਚਾਰੇ ਰਸਤੇ ਸਰਕਾਰ ਨੇ ਰੋਕੇ ਹੋਏ ਆ। ਜਿਹੜੀ ਇਹ ਗੱਲ ਆਈ ਸੀ ਬਈ ਇਹ ਪੈਦਲ ਜਾਵੜਨ, ਟਰਾਲੀਆਂ ਟਰੈ ਟਰਾਲੀਆਂ ਨਾ ਲੈ ਕੇ ਜਾਣ, ਇਹ ਵੀ ਤੁਹਾਡੇ ਯਾਦ ਹੋਣਾ ਅਸੀਂ ਜਿਹੜਾ ਉਦੋਂ ਅਥਰੂ ਗੈਸ ਦੇ ਗੋਲੇ ਛੱਡੇ, ਕਿਸਾਨ ਜ਼ਖਮੀ ਕੀਤੇ, ਅਸੀਂ ਇਹ ਕਾਲ ਵੀ ਦਿੱਤੀ ਸੀ ਪੂਰੇ ਭਾਰਤ ਦੇ ਵਿੱਚੋਂ ਪੈਦਲ ਦਿੱਲੀ ਵੱਲ ਨੂੰ ਆਵਾਂਗੇ ਤਾਂ ਸਾਡੇ ਕਿਸਾਨ UP ਦੇ ਵਿੱਚ ਗ੍ਰਿਫਤਾਰ ਕੀਤੇ ਗਏ, ਕਰਨਾਟਕਾ 'ਚ, ਤਾਮਿਲਨਾਡੂ ਦੇ ਵਿੱਚ, ਖਾਸ ਕਰਕੇ ਜੰਤਰ ਮੰਤਰ 'ਤੇ ਉਹ ਜਿਹੜੇ ਤਾਮਿਲਨਾਡੂ ਵਾਲੇ ਸਾਡੇ ਬੰਦੇ ਆਏ ਉਹਨਾਂ ਨੂੰ ਗ੍ਰਿਫਤਾਰ ਕਰਕੇ ਥਾਣਿਆਂ 'ਚ ਲਿਜਾਇਆ ਗਿਆ, ਉੱਥੇ ਵੀ ਉਹਨਾਂ ਨੇ ਆ ਕੇ ਜਿਹੜਾ ਕੁਛ ਪੈਦਲ ਵੀ ਨਹੀਂ ਜਾਣ ਦਿੱਤਾ ਅਤੇ ਜਿਹੜੇ ਇਹ ਪ੍ਰਚਾਰ ਕਰ ਰਹੇ ਨੇ। ਅਸਲ ਦੇ ਵਿੱਚ ਜਿਹੜੀਆਂ ਮੰਗਾਂ ਉਹਨਾਂ 'ਤੇ 4 ਵਾਰੀ
ਮੰਤਰੀਆਂ ਨਾਲ ਮੀਟਿੰਗ ਹੋ ਚੁੱਕੀ ਹੈ, ਮੰਨ ਚੁੱਕੇ ਹੈ। ਹੁਣ ਜਿਹੜਾ ਮੋਰਚਾ ਜਿੱਤ ਵੱਲ ਹੈ, ਸਰਕਾਰ ਆਨੇ ਬਹਾਨੇ ਆਪਦੇ ਬੰਦਿਆਂ ਰਾਹੀਂ, ਹਮੇਸ਼ਾ ਹੀ ਇਹ ਕੋਸ਼ਿਸ਼ ਹੁੰਦੀ ਹੈ ਸਰਕਾਰਾਂ ਦੀ, ਆਪ ਤਾਂ ਸਿੱਧੇ ਮੱਥੇ ਨਹੀਂ ਆ ਰਹੇ, ਕਿਸੇ ਨੂੰ ਭੇਜਦੇ ਹੁੰਦੇ ਨੇ ਵੀ ਤੁਸੀਂ ਜਾਓ ਤੁਹਾਨੂੰ ਸ਼ਾਬਾਸ਼ ਮਿਲ ਜੂਗੀ। ਪਰ ਮੈਂ ਇਹ ਸਾਫ ਕਰਨਾ ਚਾਹੁੰਦਾ, ਚਾਰੇ ਮੋਰਚਿਆਂ ਦੇ ਵਿੱਚ ਲੋਕ ਨਾਲ ਨੇ, ਕਿਉਂਕਿ ਲੋਕਾਂ ਦੀ ਲੜਾਈ ਹੈ ਕਿ MSP ਗਰੰਟੀ ਦਾ ਕਾਨੂੰਨ ਮਿਲਦਾ, ਕੌਣ ਕਹਿੰਦਾ ਨਹੀਂ ਮਿਲਣਾ ਚਾਹੀਦਾ, ਸਵਾਮੀਨਾਥਨ ਦੀ ਰਿਪੋਰਟ ਕੌਣ ਕਹਿੰਦਾ ਵੀ ਨਹੀਂ ਲਾਗੂ ਹੋਣੀ ਚਾਹੀਦੀ, ਕਿਸਾਨ ਮਜ਼ਦੂਰ ਕਰਜ਼ੇ ਤੋਂ ਪੀੜਿਤ ਨੇ ਕਿਹੜਾ ਨਹੀਂ ਕਹਿੰਦਾ ਵੀ ਕਰਜ਼ਾ ਨਹੀਂ ਮਾਫ਼ ਹੋਣਾ ਚਾਹੀਦਾ। ਇਹ ਸਾਰੀਆਂ ਜਿਹੜੀਆਂ ਸਾਡੀਆਂ 12 ਮੰਗਾਂ ਦੇ ਵਿੱਚੋਂ 4 ਮੰਗਾਂ ਮਜ਼ਦੂਰਾਂ ਨੇ, ਜਿਹੜੇ ਨਰੇਗਾ ਦੀ ਹੈ, ਕਿਹੜੀ ਸਰਕਾਰ ਨੇ ਉਹਨਾਂ ਨੂੰ ਦਿਹਾੜੀ ਵਧਾਈ ਹੈ, ਉਹ ਸਾਰੇ ਲੋਕਾਂ ਦੀਆਂ ਮੰਗਾਂ ਨੇ। ਸਰਕਾਰ ਜਾਣ ਬੁੱਝ ਕੇ ਇਹ ਮੰਗਾਂ ਤੋਂ ਖਹਿੜਾ ਛਡਾਉਣਾ ਚਾਹੁੰਦੀ ਹੈ, ਪਰ ਉਹ ਦਿਨ ਦੂਰ ਨੇ ਕਿ ਇਹ ਮੰਗਾਂ ਮੰਨਣੀਆਂ ਪੈਣੀਆਂ। ਬਾਕੀ ਮੇਰੇ ਨਾਲ ਜਿਹੜੇ ਦੂਜੇ ਸਾਡੇ ਕਿਸਾਨ ਆਗੂ ਬੈਠੇ ਨੇ, ਇਹ ਮੈਂ ਖਾਸ ਕਰਕੇ ਫਿਰ ਸਾਫ ਕਰ ਦੇਣਾ ਕਿ ਅਸੀਂ ਰਸਤੇ ਨਹੀਂ ਰੋਕੇ, ਸਰਕਾਰ ਨੇ ਰੋਕਿਆ, ਸਰਕਾਰ ਰੋਕਾਂ ਹਟਾ ਦੇ, ਅਸੀਂ ਦਿੱਲੀ ਵੱਲ ਜਾਂਦੇ ਹਾਂ, ਉਹ ਸਾਡੇ ਜੰਤਰ ਮੰਤਰ 'ਤੇ ਥਾਂ ਦੇ ਦੇ, ਰਾਮਲੀਲਾ ਗਰਾਊਂਡ ਦੇ ਦੇ, ਜਗ੍ਹਾ ਉਹਨੇ ਤੈਅ ਕਰਨੀ ਹੈ, ਅਸੀਂ ਜਾਵਾਂਗੇ। ਸਭ ਤੋਂ ਪਹਿਲਾਂ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਜਿੰਨੇ ਵੀ ਸਾਡੇ ਪੱਤਰਕਾਰ ਭਾਈਚਾਰਾ ਆਇਆ, ਸਾਰਿਆਂ ਨੂੰ ਜੀਆਂ ਨੂੰ ਬਹੁਤ ਬਹੁਤ ਧੰਨਵਾਦ। ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਸਾਡੇ ਸਤਿਕਾਰਯੋਗ ਆਗੂ ਸ਼ਬਾਨ ਦੋਨਾਂ ਫੋਰਮਾਂ ਤੋਂ, ਸਰਦਾਰ ਕਾਕਾ ਸਿੰਘ ਜੀ ਕੋਟੜਾ ਸਾਹਿਬ, ਗੁਰਵਿੰਦਰ ਸਿੰਘ ਜੀ ਪੰਗੋ, ਸ਼ਵਿੰਦਰ ਸਿੰਘ ਜੀ ਚਤਾਲਾ, ਦਲਵਾਗ ਸਿੰਘ ਜੀ ਹਰੀਗੜ੍ਹ, ਮਨਜੀਤ ਸਿੰਘ ਜੀ ਘਮਾਣਾ, ਅਮਰਜੀਤ ਸਿੰਘ ਜੀ ਮੋਹੜੀ ਤੇ ਸਰਦਾਰ ਜੰਗ ਸਿੰਘ ਭਤੇੜੀ ਅੱਜ ਦੀ ਪ੍ਰੈਸ ਵਾਰਤਾ ਨੂੰ ਸੰਬੋਧਨ ਕਰਨਗੇ ਜੀ। ਔਰ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਸਰਦਾਰ ਸੁਰਿੰਦਰ ਸਿੰਘ ਜੀ ਚਤਾਲਾ ਸਾਹਿਬ। ਹਾਂਜੀ, ਦੇਖੋ ਜਿਹੜਾ 23 ਤਰੀਕ ਨੂੰ ਇੱਥੇ, ਹਾਂਜੀ, ਮੈਂ ਸੁਰਿੰਦਰ ਸਿੰਘ ਚਤਾਲਾ ਜੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, KMM ਦਾ ਆਦਮੀ। ਪਰਸੋਂ ਜੋ ਇੱਥੇ ਘਟਨਾ ਵਾਪਰੀ ਆ ਇਹ ਸਟੇਜ ਦੇ ਉੱਤੇ 23 ਤਰੀਕ ਨੂੰ, ਇੱਕ ਬਹੁਤ ਵੱਡਾ ਬੰਦਿਆਂ ਦਾ ਕਰਾਊਡ ਜਿਹੜਾ ਇਸ ਪਾਸਿਓਂ ਹਜੂਮ ਦੀ ਸ਼ਕਲ ਦੇ ਵਿੱਚ ਆਇਆ, ਜਿਹਦਾ ਸਾਨੂੰ ਕੋਈ ਪਤਾ ਨਹੀਂ ਵੀ ਉਹਨਾਂ ਦੀ ਮਨਸ਼ਾ ਕੀ ਆ, ਕਿਹੜੇ ਰੂਪ ਦੇ ਵਿੱਚ ਆ ਰਹੇ ਆ, ਖੱਬੇ ਪਾਸਿਓਂ ਆ ਰਹੇ ਆ। ਅਤੇ ਜਦੋਂ ਸਟੇਜ ਦੇ ਲਾਗੇ ਆ ਗਏ ਆ, ਫਿਰ ਸਾਨੂੰ ਪਤਾ ਲੱਗਾ ਵੀ ਇਹ ਕੋਈ ਮਨਸ਼ਾ ਇਹਨਾਂ ਦੀ ਠੀਕ ਨਹੀਂ ਲੱਗਦੀ, ਜਿਹਦੇ ਵਿੱਚ ਅਸੀਂ ਜੋ ਲਾਗੇ ਆਏ ਸਾਡੇ ਕੋਲ ਆਇਆ ਅਤੇ ਉਹਨਾਂ ਨੂੰ ਅਸੀਂ ਕਿਹਾ ਉਹ ਕਹਿੰਦੇ ਅਸੀਂ ਗੱਲ ਕਰਨੀ ਚਾਹੁੰਦੇ ਹਾਂ। ਅਸੀਂ ਆਖਿਆ ਵੀ ਜੇ ਤੁਸੀਂ ਗੱਲ ਕਰਨੀ ਚਾਹੁੰਦੇ ਆ ਭਾਈ 5 ਬੰਦੇ ਪਿੱਛੇ ਆ ਜਾਓ, ਸਾਡੇ ਬਜ਼ੁਰਗ ਬੈਠੇ ਆ, ਮਾਵਾਂ ਧੀਆਂ ਬੈਠੇ ਆ, ਇੱਦਾਂ ਠੀਕ ਨਹੀਂ, ਬਾਕੀ ਬੰਦੇ ਪਿੱਛੇ ਕਰ ਲਓ ਅਤੇ ਤੁਹਾਡੇ ਨਾਲ ਗੱਲਬਾਤ ਕਰ ਲੈਂਦੇ ਹਾਂ। ਜਦੋਂ ਇਹ ਗੱਲ ਅਸੀਂ ਕਹੀ ਆ ਤਾਂ ਉਹਨਾਂ ਦੇ ਵਿੱਚੋਂ 3-4 ਬੰਦੇ ਇਸ ਨੀਤੀ ਦੇ ਨਾਲ ਸਾਡੀ ਸਟੇਜ ਨੂੰ ਕੈਪਚਰ ਕਰਨ ਵਾਸਤੇ ਉੱਪਰ ਵੀ ਚੜ੍ਹੇ ਆ। ਸਾਡੇ ਕੋਲ ਸਿਆਣੇ ਬੰਦਿਆਂ ਨੇ ਅਤੇ ਬੀਬੀਆਂ ਨੇ ਉਹਨਾਂ ਨੂੰ ਰੋਕਿਆ ਵੀ ਹੈ। ਉਸ ਤੋਂ ਬਾਅਦ ਚਿੱਤਰਾ ਦੀ ਉਹਨਾਂ ਦੀ ਮਨਸ਼ਾ ਆਈ, ਸਾਨੂੰ ਲੱਗਾ ਵੀ ਕੁਛ ਬੰਦੇ ਉਹਦੇ ਵਿੱਚੋਂ ਚਾਹੁੰਦੇ ਵੀ ਗੱਲਬਾਤ ਨਾ ਹੋਵੇ, ਜਿਹੜੇ ਉਹਨਾਂ 5 ਬੰਦੇ ਮੰਗ ਲਏ ਆ, ਗੱਲਬਾਤ ਨਾ ਹੋਵੇ, ਜਿਹੜੀ ਨੀਤ ਨਾ ਜਾਂ ਜਿਹੜੀ ਮਨਸ਼ਾ ਨਾਲ ਹੀ ਆਏ ਆ ਉਹ ਪੂਰੀ ਕੀਤੀ ਜਾਵੇ, ਉੱਚੀ ਉੱਚੀ ਜਿਹੜਾ ਰੌਲਾ ਰੂਆ ਪਾਉਣ ਲੱਗ ਪਏ। ਉਹ ਸਾਡੇ ਬੰਦੇ ਵੀ ਪੰਡਾਲ ਦੇ ਵਿੱਚ ਬੈਠੇ ਪ੍ਰਵੋਕ ਹੋਏ ਆ, ਸਾਡੇ ਬਜ਼ੁਰਗ ਬੰਦਿਆਂ ਨੇ, ਮੈਂ ਆਪ
ਮੈਕ ਫੜ ਕੇ ਤੇ ਫਿਰ ਬੰਦਿਆਂ ਆਪਾਂ ਨੂੰ ਰੋਕਿਆ ਤੇ ਭਾਇਆ, ਪਰ ਉਹ ਲਗਾਤਾਰ ਵਾਦ ਵਾਦ ਬੋਲਦੇ ਰਹੇ ਵੀ ਰਸਤਾ ਤੁਸੀਂ ਰੋਕਿਆ, ਅਸੀਂ ਕਹਿੰਦੇ ਰਹੇ ਵੀ ਰਸਤਾ ਅਸੀਂ ਵੀ ਰੋਕਿਆ, ਗੱਡੀਆਂ ਲਗਾਤਾਰ ਜਾ ਰਹੀਆਂ ਅੱਗੇ ਨੂੰ, ਤੁਸੀਂ ਅਸੀਂ ਚਾਹੁੰਦੇ ਰਸਤਾ ਰਸਤਾ ਖੁੱਲੇ ਖੁੱਲੇ, ਕਿਉਂਕਿ ਰਸਤਾ ਅਸੀਂ ਤਾਂ 13 ਤਰੀਕ ਨੂੰ ਆਏ ਤੇ ਰਸਤਾ 6 ਤਰੀਕ ਨੂੰ ਬੰਦ ਹੈ ਇੱਥੇ, ਤੇ ਤੁਸੀਂ ਅੱਗੇ ਲੱਗੋ ਅਸੀਂ ਤੁਹਾਡੇ ਨਾਲ ਚੱਲਦੇ ਹਾਂ, ਰਸਤਾ ਖੋਲ ਲਓ। ਪਰ ਉਹ ਜਿਹੜੀ ਮਨਸ਼ਾ ਨਾਲ ਆਏ, ਸਾਨੂੰ ਲੱਗਦਾ ਵੀ ਉਹ ਖਲਰ ਪਾਉਣਾ ਤੇ ਸਟੇਜ ਕੈਪਚਰ ਕਰਨ ਵਾਸਤੇ ਖਦੇੜਨ ਵਾਸਤੇ ਆਏ, ਤੇ ਉਹ ਅਸੀਂ ਤਾਂ ਆਪਣੀ ਸੂਝਬੂਝ ਦੇ ਨਾਲ ਉਹਨਾਂ ਨੂੰ ਪਿੱਛੇ ਕੀਤਾ। ਸਾਨੂੰ ਲੱਗਦਾ ਵੀ ਉਹ ਜਿਹੜੇ ਬੰਦੇ ਆਏ ਆ ਉਹ ਵੱਖ ਵੱਖ ਪਾਰਟੀਆਂ ਤੋਂ ਆ, ਜਿਸ ਤਰ੍ਹਾਂ ਟਰੇਸ ਵੀ ਹੋ ਗਿਆ, ਉਹ ਬਤਰਾ ਜੀ ਇੱਥੋਂ ਅੰਬਾਲੇ ਤੋਂ ਭਾਜਪਾ ਦੇ ਆਗੂ ਆ, ਇਸੇ ਤਰ੍ਹਾਂ ਕੋਈ ਇੱਥੇ ਭੱਠੇ ਵਾਲੇ ਆ ਜਿਹੜੇ ਇੱਥੇ ਗੁਰਲਾਲ ਘਨੌਰ ਜੀ ਆ, ਉਹਨਾਂ ਦੇ ਨਾਲ ਉਹਨਾਂ ਦੇ ਬੜੇ ਰਿਲੇਸ਼ਨ ਆ। ਸਾਨੂੰ ਲੱਗਦਾ ਵੀ ਇਸ ਤਰ੍ਹਾਂ ਦਾ ਗੱਠਜੋੜ ਬਣ ਕੇ ਆਇਆ ਭਾਜਪਾ ਦਾ, ਤੇ ਸਾਬਕਾ ਸਰਪੰਚ ਕਰਨੈਲ ਸਿੰਘ ਜਿਹੜਾ ਬਹੁਤ ਬੋਲਦਾ ਰਿਹਾ, ਲਾਟ ਧਮਕੀਆਂ ਵੀ ਉਹਨਾਂ ਦਿੱਤੀਆਂ ਵੀ ਅਸੀਂ ਫਿਰ ਵੀ ਆਵਾਂਗੇ, ਤੇ ਅਸੀਂ ਇਹ ਜੋ ਇੱਥੇ ਵਾਪਰਿਆ ਉਹ ਬੜਾ ਮੰਦਭਾਗਾ। ਅਸੀਂ ਜਿਹੜੀ ਇੱਥੇ ਜ਼ਰੂਰੀ ਗੱਲ ਕਰਨੀ ਚਾਹੁੰਦੇ ਹਾਂ ਵੀ ਜਿਹੜਾ ਪ੍ਰਸ਼ਾਸਨ ਹੀ ਮੌਕੇ ਦਾ ਕੁਝ ਜਾੜ ਦੀ ਵਿੱਥ ਤੇ ਪੁਲਿਸ ਚੌਂਕੀ ਆ, 1 ਕਿਲੋਮੀਟਰ ਤੇ ਥਾਣਾ ਸ਼ੰਭੂ ਆ, ਪਰ ਐਸ ਐਚ ਓ ਮੌਕੇ ਤੋਂ ਲਗਭਗ 40-45 ਮਿੰਟ ਬਾਅਦ ਇੱਥੇ ਪਹੁੰਚੇ ਆ, ਤੇ ਇੱਥੋਂ ਤੱਕ ਵੀ ਸਾਨੂੰ ਪਤਾ ਲੱਗਾ ਵੀ ਕੁਝ ਸਪੈਸ਼ਲ ਆਗੂ ਉਹ ਅੱਗੇ ਇਲਾਕੇ ਆ ਜਾਂ ਸਪੈਸ਼ਲ ਸਟਾਫ ਦੇ CID ਦੇ ਆ। ਤੇ ਬੜੀ ਮੰਦਭਾਗੀ ਗੱਲ ਆ ਜਿਹੜੀ ਵਾਪਰੀ ਆ, ਤੇ ਮੈਂ ਬੇਨਤੀ ਕਰੂੰਗਾ ਵੀ ਅਗਲੀ ਗੱਲ ਜਿਹੜੀ ਆ ਉਹਨੂੰ ਨਕਾਰ ਕੇ ਕਾਕਾ ਸਿੰਘ ਜੀ ਕੋਲ ਦਾ ਤੇ ਤੁਹਾਡੇ ਨਾਲ ਸਾਂਝੀ ਕਰ ਲਓ। ਜੀ ਸਿੰਘ, ਰਾਸ਼ਟਰੀ ਪ੍ਰੈਜ਼ੀਡੈਂਟ BKMU, ਜੋ ਉਰੇ 23 ਤਰੀਕ ਨੂੰ ਦੁਖਾਂਤ ਘਟਨਾ ਵਾਪਰੀ ਹੈ ਉਹਦੀ ਜ਼ਿੰਮੇਵਾਰ ਅਸੀਂ ਤਾਂ ਸਰਕਾਰ ਹੀ ਸਮਝਦੇ ਹਾਂ, ਚਾਹੇ ਪੰਜਾਬ ਸਰਕਾਰ ਹੈ ਚਾਹੇ ਸੈਂਟਰ ਦੀ ਸਰਕਾਰ ਹੈ, ਕਿਉਂਕਿ ਜਿਹੜੇ ਬੰਦੇ ਉਰੇ ਆਏ ਉਹ ਸਰਕਾਰ ਦੇ ਪ੍ਰੀ ਪਲੈਂਟਡ ਬੰਦੇ ਸੀਗੇ ਜਿਨ੍ਹਾਂ ਨੇ ਆ ਕੇ ਇੱਥੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੀ, ਉਹਨਾਂ ਨੇ ਆ ਕੇ ਸਟੇਜ 'ਤੇ ਕੈਪਚਰ ਕਰਨ ਦੀ ਕੋਸ਼ਿਸ਼ ਕਰੀ। ਮੈਂ ਲੋਕਲ ਇੱਥੇ ਹੋਣ ਦੇ ਨਾਤੇ, ਕਿਉਂਕਿ ਮੇਰਾ ਪਿੰਡ ਇੱਥੋਂ 10 ਕਿਲੋਮੀਟਰ 'ਤੇ ਹੈ, ਕਮਾਣਾ ਪਿੰਡ ਹੈ ਮੇਰਾ, ਅਸੀਂ ਜਥੇਬੰਦੀ ਵੀ ਚਲਾਉਂਦੇ ਹਾਂ ਅਤੇ ਟੋਟਲ ਮੋਰਚੇ ਦੇ ਨਾਲ ਖੜੇ ਹਾਂ, ਕਿਸਾਨ ਮਜ਼ਦੂਰ ਮੋਰਚਾ ਅਤੇ SKM ਨੋਨ ਪੋਲੀਟੀਕਲ ਦੇ ਨਾਲ, ਜਿਹੜੇ ਨੇੜੇ ਨੇੜੇ ਪਿੰਡ ਆ, ਮਰਦਾਂਪੁਰ ਹੋ ਗਿਆ, ਬੱਲੋਂਪੁਰ ਹੋ ਗਿਆ, ਤੰਦਾਰਥੀ ਹੋ ਗਿਆ, ਮੋਹੀ, ਤੇਪਲਾ, ਸਾਰੇ ਪਿੰਡਾਂ ਦੇ ਲੋਕ ਹਰ ਰੋਜ਼ ਇੱਥੇ ਆ ਕੇ ਸੇਵਾ ਵੀ ਕਰ ਰਹੇ ਨੇ, ਲੰਗਰ ਪਾਣੀ ਹੋਰ ਸਭ ਕੁਝ ਲੈ ਕੇ ਆਉਂਦੇ ਆ। ਪਰ ਜਿਹੜੇ ਚੰਦ ਬੰਦੇ ਜਿਨ੍ਹਾਂ ਨੇ ਆਪਣਾ, ਚਾਹੇ ਕੋਈ ਰੇਤ ਮਾਫੀਆ ਵਾਲੇ ਆ, ਕੋਈ ਸੈਂਡ ਮਾਫੀਆ, ਜਾਂ ਕੋਈ ਕਾਲਾ ਬਜ਼ਾਰੀ ਕਰਦਾ ਹੋਟਲਾਂ ਦੇ ਵਿੱਚ, ਉਹਨਾਂ ਨੂੰ ਇਹ ਚੀਜ਼ ਦੀ ਤਕਲੀਫ ਹੋਈ ਹੈ। ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੂੰਗਾ ਵੀਰੋ, ਜੇ ਤੁਹਾਨੂੰ ਲੱਗਦਾ ਵੀ ਤੁਸੀਂ ਰਸਤੇ ਖੋਲ੍ਹ ਸਕਦੇ ਹੋ ਤਾਂ ਆਓ, ਜਿਹੜੀਆਂ ਕੰਧਾਂ ਕਰੀਆਂ ਹੋਈਆਂ ਸੈਂਟਰ ਸਰਕਾਰ ਨੇ, ਤੁਸੀਂ ਮੂਹਰੇ ਲੱਗੋ, ਅਸੀਂ ਤੁਹਾਡੇ ਨਾਲ ਲੱਗਦੇ ਹਾਂ, ਜਾ ਕੇ ਖੋਲ੍ਹ ਲਓ ਉਹਨਾਂ ਨੂੰ, ਅਸੀਂ ਤੁਹਾਡਾ ਸਾਥ ਦੇਵਾਂਗੇ। ਪਰ ਇਹ ਗੱਲ ਮੈਂ ਜ਼ਰੂਰ ਕਹੂੰਗਾ, ਜੇ ਸਰਕਾਰ ਰਸਤਾ ਨਹੀਂ ਖੋਲ੍ਹਦੀ ਤਾਂ ਮਜ਼ਬੂਰਨ ਸਾਨੂੰ ਇੱਥੇ ਬੈਠਣਾ ਪਿਆ, ਸਰਕਾਰ ਰਸਤਾ ਖੋਲ੍ਹੇ ਤਾਂ ਅਸੀਂ ਦਿੱਲੀ ਜਾਣ ਨੂੰ ਤਿਆਰ ਹਾਂ। ਪਰ ਜੇ ਕਿਸੇ ਦੇ ਮਨ 'ਚ ਹੋਏ, ਜਿੱਦਾਂ ਕੁਛ ਬੰਦਿਆਂ ਨੇ ਕਿਹਾ ਵੀ ਅਸੀਂ 30 ਤਰੀਕ ਨੂੰ ਇੱਦਾਂ ਕਰ ਦਾਂਗੇ, ਇਹ ਕਰ ਦਾਂਗੇ, ਇਹ ਬਹੁਤ ਵੱਡੀ ਗਲਤ ਫਹਿਮੀ ਹੈ, ਕਿਉਂਕਿ ਟੋਟਲ ਜਿਹੜਾ ਪੁਆਧ ਏਰੀਆ ਉਹ ਵੀ ਨਾਲ ਹੈ, ਇਹਨਾਂ ਨੇ ਪੁਆਧ ਦੀ ਇੱਕ ਬਹੁਤ ਵੱਡੀ ਬੇਇੱਜ਼ਤੀ ਕਰੀ ਆ, ਸਾਡਾ ਜਿਹੜੀ 134 ਦਿਨ ਸੇਵਾ ਕਰੀ ਹੈ, 2134 ਦਿਨ ਸੇਵਾ ਨੂੰ ਵੀ ਸਾਡੇ ਨੂੰ ਇਹਨਾਂ ਨੇ ਕਰੀ ਹੋਈ ਨੂੰ ਖੇਹ ਕਰਤੇ। ਪਰ ਮੈਂ ਦੁਬਾਰੇ ਕਹੂੰਗਾ, ਸਾਰੇ ਜਿੰਨੇ ਪਿੰਡਾਂ ਦੇ ਲੋਕ ਹੈ, ਵੀਰ ਹੈ ਸਾਡੇ, ਉਰੇ ਆ ਕੇ ਮੋਰਚੇ 'ਚ ਵੱਧ ਤੋਂ ਵੱਧ ਚੜ੍ਹ ਕੇ ਆਓ, ਮਦਦ ਕਰੋ, ਮੋਰਚਾ ਚੜ੍ਹਦੀ ਕਲਾ 'ਚ ਰਹੂਗਾ। ਜਿਹੜੇ ਕੁਛ ਬੰਦੇ ਕਹਿਣ ਵਾਲੇ ਹੈ ਵੀ ਸੜਕਾਂ ਕਿਸਾਨਾਂ ਨੇ ਰੋਕਿਆ, ਬਿਲਕੁਲ ਗਲਤ ਕਹਿ ਰਹੇ ਨੇ, ਸੜਕਾਂ ਸੈਂਟਰ ਸਰਕਾਰ ਨੇ, ਹਰਿਆਣੇ ਦੀ BJP ਸਰਕਾਰ ਨੇ ਰੋਕੀਆਂ ਹੋਈਆਂ,
ਆਪਾਂ ਨੂੰ ਇਹ ਬਣਦਾ ਵੀ ਇਕੱਠੇ ਹੋ ਕੇ ਉਹਨਾਂ ਦੇ ਵਿਰੁੱਧ ਲੜਾਈ ਲੜੀਏ, ਨਾ ਕਿ ਕਿਸਾਨਾਂ ਨਾਲ, ਕਿਉਂਕਿ ਇਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਵੀ ਹੈ, ਸੈਂਟਰ ਸਰਕਾਰ ਵੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਫਤਿਹ। ਸਰਦਾਰ ਜਗਤ ਸਿੰਘ ਸੂਬਾ ਆਗੂ, ਭਾਰਤੀ ਕਿਸਾਨ ਏਕਤਾ ਭਟੇੜੀ ਕਲਾਂ, ਸਾਨੂੰ ਇੱਥੇ ਬੈਠੇ ਨੂੰ, ਅਸੀਂ ਲੋਕਲ ਹੈ, ਪਟਿਆਲੇ ਜ਼ਿਲ੍ਹੇ ਦੇ ਹਾਂ। 4 ਮਹੀਨੇ ਹੋ ਗਏ ਜਿਹੜਾ ਇਹ ਰਸਤਾ ਬੰਦ ਹੋਇਆ। ਇਹ 6 ਤਰੀਕ ਨੂੰ ਮੈਂ ਫਾਰਮ ਇੱਥੇ ਸੰਘੂ ਥਾਣੇ ਦੇ ਵਿੱਚ ਆਇਆ ਤਾ ਕਰਾਉਣ। 6 ਤਰੀਕ ਨੂੰ ਇੱਥੇ ਜਿਹੜਾ ਆਹ ਟੂ ਪਲਾਜੇ ਦੇ ਕੰਧਾਂ ਹੋ ਰਹੀਆਂ ਤੀਆਂ, 6 ਤਰੀਕ ਨੂੰ ਹੋ ਰਹੀਆਂ ਤੀਆਂ। ਅਸੀਂ ਕਿਸਾਨਾਂ ਨੇ 13 ਤਰੀਕ ਨੂੰ ਆਉਣਾ ਤਾ, ਇਹਨਾਂ ਨੇ ਸਰਕਾਰ ਨੇ 7 ਦਿਨ ਪਹਿਲਾਂ ਹੀ ਧਰਨਾ ਆਹ ਟੂ ਪਲਾਜੇ ਆਪਣਾ ਬੈਰੀਅਰ ਲਾ ਤੇ। ਤਾਂ ਕਿਸਾਨਾਂ ਨੇ ਜਿੱਦਣ 13 ਤਰੀਕ ਨੂੰ ਆਇਆ ਹੋਇਆ, ਉੱਧਰ ਅਥਰੂ ਗੈਸ ਤੇ ਗੋਲੀਆਂ ਦੀਵਾਰ 'ਚ ਹੋਈ ਹੈ। ਸਾਡਾ ਇੱਕ ਟੈਂਕ ਵੀ ਖੜਾ ਰਿਹਾ ਭਟੇੜੀ ਕਲਾ ਜਥੇਬੰਦੀ ਦਾ, ਉਹ ਵੀ ਹੁਣ ਉੱਥੋਂ ਅਸੀਂ 3 ਮਹੀਨੇ ਬਾਅਦ ਉਹ ਕੱਢ ਕੇ ਲਏ ਹਾਂ, ਸਾਨੂੰ ਉਹ ਵੀ ਨਹੀਂ ਕੱਢਣ ਦਿੰਦੇ। ਤੇ ਮੇਰਾ ਕਹਿਣ ਦਾ ਭਾਵ ਹੈ ਕਿ ਸਾਡੇ ਜਿਹੜੇ ਇਲਾਕੇ ਦੇ ਨੇ, ਇੱਧਰੋਂ ਸਾਡੀ ਜਥੇਬੰਦੀ ਦੇ ਬੰਦੇ ਆ, 30-35 ਪਿੰਡ ਆਏ ਹੋਏ ਨੇ, ਉਹ ਵੀ ਇਹੀ ਕਹਿਣਗੇ। ਮੈਂ ਇੰਨਾ ਹੀ ਕੁਛ ਕਹਿੰਦਾ ਹੋਇਆ ਕਹਿੰਦਾ ਵੀ ਇਹ ਸਰਕਾਰ ਨੇ ਰਸਤਾ ਬੰਦ ਕਰਿਆ, ਕਿਸਾਨਾਂ ਨੇ ਕੋਈ ਰਸਤਾ ਨਹੀਂ ਕਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਪੂਰੀ ਮੀਡੀਆ ਟੀਮ ਨੂੰ ਸਾਡੀ ਇਹ ਬੇਨਤੀ ਹੈ ਕਿ ਜਿਹੜਾ ਇਹਨਾਂ ਨੇ 23 ਤਰੀਕ ਨੂੰ ਚਲਦੀ ਸਟੇਜ ਨੂੰ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਥੈਂਕ ਯੂ। ਪਹਿਲਾਂ ਸਤਿ ਸ਼੍ਰੀ ਅਕਾਲ ਬਾਈ, ਸਾਰੇ ਪ੍ਰੈਸ ਵਾਲੇ ਰਿਪੋਰਟਰਾਂ ਦਾ, ਸਾਰੇ ਵੀਰਾਂ ਦਾ ਬਹੁਤ ਧੰਨਵਾਦ। ਮੈਂ ਦਿਲਬਾਗ ਸਿੰਘ ਹਰੀਗੜ੍ਹ ਜੀ, ਕਿਸਾਨ ਮਜ਼ਦੂਰ ਮੋਰਚੇ ਵੱਲੋਂ। 23 ਤਰੀਕ ਨੂੰ ਜਿਹੜੀ ਸਾਡੀ ਘਟਨਾ ਵਾਪਰੀ ਹੈ ਸਟੇਜ ਦੇ ਉੱਤੇ, ਉਸ ਨੂੰ ਅਸੀਂ ਸਾਡੇ ਦੋਵੇਂ ਫੋਰਮਾਂ ਨੂੰ ਇਸ ਤਰ੍ਹਾਂ ਦੇਖਦੇ ਹਾਂ, ਕਿਉਂਕਿ ਇੱਕ ਹੁੰਦਾ ਹੈ ਸ਼ਰਾਰਤੀ ਅੰਤਰ, ਇੱਕ ਹੁੰਦਾ ਹੈ ਸਮਝ ਵਾਲਾ ਬੇਸਮਝ। ਜਾਣੀ ਬੇਸਮਝ ਅਤੇ ਸ਼ਰਾਰਤੀ ਅੰਤਰ ਦੋਵਾਂ ਵਿੱਚ ਬਹੁਤ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ। ਸ਼ਰਾਰਤੀ ਅੰਤਰਾਂ ਵੱਲੋਂ ਇੱਕ ਸਾਜ਼ਿਸ਼ ਰਚੀ ਗਈ ਜਿਹਦੇ ਤਹਿਤ ਸਾਡੇ ਮੋਰਚੇ ਨੂੰ ਬਦਨਾਮ ਕਰਨਾ ਸੀ, ਅਤੇ ਉਹ ਸ਼ਰਾਰਤੀ ਅੰਤਰ ਸਰਕਾਰ ਦੇ ਸੈੱਲ ਨੇ, ਪ੍ਰਸ਼ਾਸਨ ਦੇ ਸੈੱਲ ਨੇ, ਜਾਣੀ ਪ੍ਰਸ਼ਾਸਨ ਦੀ ਅੱਖ ਦੇ ਹੇਠ, ਸਰਕਾਰ ਦੀ ਅੱਖ ਦੇ ਹੇਠ ਸਾਰਾ ਕੁਛ ਵਾਪਰਿਆ। ਪੰਜਾਬ ਸਰਕਾਰ, ਪੰਜਾਬ ਸਰਕਾਰ ਦਾ ਪ੍ਰਸ਼ਾਸਨ, ਹਰਿਆਣਾ ਸਰਕਾਰ, ਕੇਂਦਰ ਸਰਕਾਰ ਇਸ ਘਟਨਾ ਦੀ ਜ਼ਿੰਮੇਵਾਰ ਹੈ, ਅਤੇ ਉਹ ਸ਼ਰਾਰਤੀ ਅੰਤਰ ਜ਼ਿੰਮੇਵਾਰ ਹੈ ਜਿਨ੍ਹਾਂ ਦੇ ਆਪਦੇ ਨਿੱਜੀ ਹਿੱਤ ਛੁਪੇ ਹੋਏ ਇਹਨਾਂ ਗੱਲਾਂ ਬਾਤਾਂ ਦੇ ਪਿੱਛੇ। ਇੱਥੇ ਰੁਕਾਵਟਾਂ ਸਾਡੇ ਕਿਸਾਨਾਂ ਨੇ ਨਹੀਂ ਖੜੀਆਂ ਕੀਤੀਆਂ ਹੋਈਆਂ, ਤੁਹਾਨੂੰ ਸਾਰੇ ਸਾਡੇ ਪ੍ਰੈਸ ਵਾਲੇ ਵੀਰਾਂ ਨੂੰ ਪਤਾ ਹੈ, ਅਸੀਂ ਕੋਈ ਸੜਕ ਨਹੀਂ ਰੋਕੀ ਹੋਈ। ਕੇਂਦਰ ਸਰਕਾਰ ਨੇ ਦੀਵਾਰਾਂ ਕੱਢੀਆਂ ਹੋਈਆਂ ਕੰਧਾਂ ਦੇ ਉੱਤੇ, ਰੁਕਾਵਟਾਂ ਖੜੀਆਂ ਕੀਤੀਆਂ ਹੋਈਆਂ। ਸਾਡੇ ਤਾਂ ਬੰਦੇ ਸ਼ਹੀਦ ਹੋ ਗਏ, ਬੰਦੇ ਫੱਟੜ ਹੋ ਗਏ, ਸਾਡੇ ਕਿੰਨੇ ਵਹੀਕਲਾਂ ਦਾ ਨੁਕਸਾਨ ਹੋ ਗਿਆ। ਅਸੀਂ ਪਹਿਲੇ ਦਿਨ ਤੋਂ ਮੰਗ ਕਰ ਰਹੇ ਹਾਂ ਜੇ ਰਸਤਾ ਖੋਲ੍ਹੇ ਸਰਕਾਰ, ਅਸੀਂ ਦਿੱਲੀ ਜਾਣਾ ਹੈ। ਜਿਹੜੀ ਇਸ ਕਰਕੇ ਉਸ ਚੀਜ਼ ਦੀ ਮੰਗ ਕਰਨੀ, ਜਿਹੜੀ ਤੁਹਾਡੇ ਪਾਸ ਕੋਈ ਚੀਜ਼ ਨਹੀਂ, ਮੈਂ ਉਸ ਚੀਜ਼ ਦੀ ਤੁਹਾਡੇ ਕੋਲੋਂ ਮੰਗ ਕਰਾਂ, ਇਹ ਸ਼ਰਾਰਤੀ ਅੰਤਰ ਦਾ ਕੰਮ ਹੁੰਦਾ। ਇਸ ਕਰਕੇ ਅਸੀਂ ਉਹਨਾਂ ਲੋਕਾਂ ਨੂੰ ਸ਼ਰਾਰਤੀ ਅੰਤਰ ਕਹਿੰਦੇ ਹਾਂ ਜਿਹੜੇ ਬੇਵਜ੍ਹਾ ਉਹ ਸਾਡੇ ਅਣਭੋਲ ਲੋਕਾਂ ਨੂੰ ਲਿਆ ਕੇ ਸਾਡੇ ਮੋਰਚੇ 'ਚ ਖੜਾ ਕਰਦੇ ਆ ਅਤੇ ਸਾਡੇ ਗਲ ਪਾਉਂਦੇ ਆ, ਸਾਡੇ ਮੋਰਚੇ ਦੇ ਹਾਲਾਤ ਖਰਾਬ ਕਰਦੇ ਲੱਗੇ ਹੋਏ ਆ। ਜਾਣੀ ਸ਼ਰਾਰਤੀ ਅੰਸਰਾਂ ਦੇ ਬੈਕ ਸਾਈਡ ਪੰਜਾਬ ਸਰਕਾਰ ਹੈ, ਪੰਜਾਬ ਦਾ ਸਮੁੱਚਾ ਪ੍ਰਸ਼ਾਸਨ ਹੈ, ਅਤੇ ਹਰਿਆਣਾ ਸਰਕਾਰ ਅਤੇ ਕੇਂਦਰ ਸਰਕਾਰ ਇਹ ਦੋਸ਼ੀ ਹੈ। ਇਸ ਕਰਕੇ ਅਸੀਂ ਮੰਗ ਕਰਦੇ ਹਾਂ ਜੇ ਇਨਸਾਫ ਨਾਂ ਦੀ ਚੀਜ਼ ਹੈ, ਜਿਹੜੇ ਬੰਦਿਆਂ ਨੇ ਸਾਡੀ ਸਟੇਜ 'ਤੇ ਆ ਕੇ ਖੜ੍ਹ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ 'ਤੇ ਬਣਦੀਆਂ ਧਰਾਵਾਂ ਦੇ ਤਹਿਤ ਕਾਰਵਾਈ ਕੀਤੀ ਜਾਵੇ ਅਤੇ ਗ੍ਰਿਫਤਾਰੀ ਪਾਈ ਜਾਵੇ। ਅਸੀਂ ਸਮਝਦੇ ਹਾਂ ਲੋਕਾਂ ਦੀਆਂ ਦਿੱਕਤਾਂ, ਅਸੀਂ ਲੋਕਾਂ ਦੇ ਨਾਲ ਹਾਂ, ਅਸੀਂ ਸਮੂਹ ਦੇ ਹਿੱਤਾਂ ਦੀ ਗੱਲ ਕਰ ਰਹੇ ਹਾਂ, ਸਾਡਾ ਨਿੱਜੀ ਹਿੱਤ ਕੋਈ ਨਹੀਂ, ਅਸੀਂ ਸਮੂਹ ਦੇਸ਼ ਵਾਸੀਆਂ ਦੇ ਹਿੱਤਾਂ ਦੀ ਗੱਲ ਕਰਦੇ ਹੋਏ ਸਰਕਾਰ ਦੇ ਕੋਲੋਂ ਮੰਗ ਕਰ ਰਹੇ ਹਾਂ ਕਿ ਸਰਕਾਰ ਬਦਲਵਾਂ ਪ੍ਰਬੰਧ ਕਰੇ ਜੇ ਰਸਤੇ ਸਰਕਾਰ ਨੇ ਰੋਕਿਆ।
ਲੋਕਾਂ ਵਾਸਤੇ ਰਸਤੇ ਦਾ ਪ੍ਰਬੰਧ ਕਰੇ ਫੌਰੀ। ਬਰਸਾਤ ਦਾ ਸਮਾਂ ਆਉਣਾ ਹੈ, ਦਿੱਕਤਾਂ ਆਉਂਦੀਆਂ, ਅਸੀਂ ਇਹ ਗੱਲ ਪ੍ਰਵਾਨ ਕਰਦੇ ਹਾਂ, ਸਾਨੂੰ ਵੀ ਦਿੱਕਤਾਂ, ਵੱਡੀਆਂ ਦਿੱਕਤਾਂ ਰਸਤੇ ਬੰਦ ਹੁੰਦੀਆਂ। ਇਸ ਕਰਕੇ ਅਸੀਂ ਰਾਹ ਬੰਦ ਨਹੀਂ ਕੀਤੇ, ਰਾਹ ਬੰਦ ਸਰਕਾਰ ਨੇ ਕੀਤੇ ਹੈ। ਮੇਰਾ ਨਾਂ ਅਮਰਜੀਤ ਸਿੰਘ ਮੌੜੀ, ਪ੍ਰੈਜੀਡੈਂਟ ਬੀ ਕੇ ਸ਼ਹੀਦ ਭਗਤ ਸਿੰਘ ਹਰਿਆਣਾ ਸੇ। ਸਭੀ ਪ੍ਰੈਸ ਵਾਲੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ, ਜੋ ਹਮਾਰੇ ਇੱਕ ਮੈਸੇਜ ਕੇ ਉੱਪਰ ਆਪ ਸਭੀ ਸਾਥੀ ਯਹਾਂ ਪਰ ਪਹੁੰਚੇ। ਜੋ ਪਰਸੋਂ ਘਟਨਾ ਹੈ, ਯਹਾਂ ਪਰ ਕੁਛ ਲੋਕ ਆਏ, ਉਨਕੇ ਅੰਦਰ ਮੁੱਖ ਰੂਪ ਸੇ ਕੁਛ ਭੱਠੇ ਵਾਲੇ ਔਰ ਅੰਬਾਲਾ ਕੱਪੜਾ ਮਾਰਕੀਟ ਕੇ ਲੋਕ ਵੋ ਪਹੁੰਚੇ। ਉਨਕੇ ਜੋ ਲਿੰਕ ਹੈ, ਲੀਡਰ ਸਾਹਿਬਾਨੋ ਨੇ ਬਤਾਏ ਔਰ ਮੀਡੀਆ ਨੇ ਵੀ ਤੀਨ ਦਿਨ ਕੇ ਅੰਦਰ ਜੋ ਆਪਨੇ ਦੇਖਾ ਹੋਗਾ ਮੀਡੀਆ ਕੇ ਉੱਪਰ ਉਨਕੀ ਫੋਟੋਵੇਂ ਜਾਰੀ ਹੋਈ ਲੋਕੋ ਨੇ ਕੀ, ਕਿਉਂਕਿ ਉਨਕੀ ਜੋ ਆਈਡੀਏ ਹੈ, ਉਨ੍ਹਾਂ ਨੇ ਗ੍ਰਹਿ ਮੰਤਰੀ, ਪ੍ਰਧਾਨ ਮੰਤਰੀ ਸਭ ਕਾ ਸਵਾਗਤ, ਜਬ ਕੋਈ ਹਰਿਆਣਾ ਕੇ ਅੰਦਰ ਅੰਬਾਲਾ ਕੇ ਅੰਦਰ ਆਤਾ ਹੈ, ਵੋ ਲੋਕ ਉਨਕਾ ਸਵਾਗਤ ਕਰਤੇ ਹੈ, ਦਿੱਲੀ ਕੇ ਅੰਦਰ ਵੀ ਔਰ ਆਜ ਵੀ। ਸਰਕਾਰ ਕੋ ਪਤਾ ਹੈ, ਵੋ ਲਾਠੀ ਯਹਾਂ ਨਹੀਂ ਚਲਾ ਸਕਤੀ, ਵੋ ਗੋਲੀ ਯਹਾਂ ਨਹੀਂ ਚਲਾ ਸਕਤੀ, ਉਨ੍ਹਾਂ ਨੇ ਚਲਾਈ ਔਰ ਉਨਕੋ ਬਹੁਤ ਮਹਿੰਗੀ ਪੜੀ। ਅਬ ਵੋ ਸ਼ਡਯੰਤਰ ਕੇ ਉੱਪਰ ਆ ਗਏ, ਹਮ ਪਹਿਲੇ ਵੀ ਕਹਤੇ ਹੈ ਸ਼ਡਯੰਤਰਕਾਰੀ ਸਰਕਾਰੇ ਹੈ, ਅਬ ਇਹਨਾਂ ਨੇ ਸ਼ਡਯੰਤਰ ਰਚਾ ਹੈ ਯਹਾਂ ਲੋਕਲ ਲੋਕੋ ਕੋ ਔਰ ਕੁਛ ਐਸੇ ਲੋਕ ਜੋ ਪੈਸੇ ਵਾਲੇ ਹੈ, ਵੋ ਮਿਲਕਰ ਹਮਾਰੇ ਇਸ ਅੰਦੋਲਨ ਕੋ ਬਦਨਾਮ ਕਰਨਾ ਚਾਹਤੇ ਹੈ। ਸਰਕਾਰ ਉਨਕੇ ਮਾਧਿਅਮ ਸੇ ਹਮਾਰੇ ਅੰਦੋਲਨ ਕੋ ਕਮਜ਼ੋਰ ਕਰਨਾ ਚਾਹਤੀ ਹੈ, ਲੇਕਿਨ ਐਸੀ ਕੋਈ ਵੀ ਮਨਸਾ ਸਰਕਾਰ ਕੀ ਕਾਮਯਾਬ ਨਹੀਂ ਹੋਗੀ, ਕਿਉਂਕਿ ਲੋਕਲ ਲੋਕ ਜੋ ਹੈ ਪਵਾਦ ਕੇ ਖਾਸ ਕਰ ਵੋ ਬੜੀ ਮਿਹਨਤ ਕੇ ਸਾਥ ਇਸ ਅੰਦੋਲਨ ਕੇ ਅੰਦਰ ਸੇਵਾ ਵੀ ਕਰ ਰਹੇ ਹੈ ਔਰ ਬੜੇ ਅੱਛੇ ਤਰੀਕੇ ਸੇ ਯਹਾਂ ਪਰ ਪਹੁੰਚਤੇ ਵੀ ਹੈ। ਹਰ ਤਰ੍ਹਾਂ ਕੀ ਵੋ ਸੁੱਖ ਸੁਵਿਧਾ ਉਹਨਾਂ ਨੇ ਆਪਣੇ ਘਰ ਕੇ ਦਰਵਾਜ਼ੇ ਖੁੱਲੇ ਹੋਏ, ਹਮ ਤੋ ਦੋ ਤਿੰਨ ਮਹੀਨੇ ਸੇ ਉਨਕੇ ਘਰੋਂ ਕੇ ਅੰਦਰ ਨਹਾਉਣਾ, ਰੋਟੀ ਖਾਣਾ ਲਗਾਤਾਰ ਪਵਾਦ ਕੇ ਲੋਕੋ ਕੇ ਬੀਚ ਮੇ ਹੈ। ਲੇਕਿਨ ਜੋ ਇਹ ਹਰਿਆਣਾ ਔਰ ਪੰਜਾਬ ਕੀ ਸਰਕਾਰੇ ਮਿਲਕਰ ਦੇਖੀਏ, ਕੋਈ ਕਿਸੇ ਕੀ ਵੀ ਹਿੰਮਤ ਨਹੀਂ ਹੈ, ਕੋਈ ਰਾਤ ਕੋ ਵੀ ਜਬ ਹਮਾਰੀ ਸਟੇਜ ਨਹੀਂ ਚਲਤੀ, ਯਹਾਂ ਪਰ ਕੋਈ ਆਣੇ ਕੀ ਹਿੰਮਤ ਨਹੀਂ ਰੱਖਤਾ, ਲੇਕਿਨ ਉਨ ਲੋਕੋ ਨੇ ਬਿਨਾਂ ਡਰ ਔਰ ਭੈ ਕੇ ਯਹਾਂ ਪਰ ਆਏ, ਉਨਕੋ ਪਤਾ ਥਾ ਕੋਈ ਵੀ ਪੁਲਿਸ, ਕੋਈ ਵੀ ਲੋਕ, ਕੋਈ ਸਰਕਾਰ ਕੇ ਉਨਕੋ ਨਹੀਂ ਰੋਕੇਂਗੇ ਔਰ ਉਹਨਾਂ ਨੇ ਬੜੀ ਮਜ਼ਬੂਤੀ ਕੇ ਸਾਥ ਆਕਰ ਇੱਕ ਇਕੱਠ ਕੇ ਰੂਪ ਮੇਂ ਯਹਾਂ ਪਰ ਆਏ ਔਰ ਹਮਾਰੇ ਇਸ ਅੰਦੋਲਨ ਕੇ ਬੀਚ ਮੇਂ ਖਲਲ ਡਾਲਨੇ ਕੀ ਕੋਸ਼ਿਸ਼ ਕੀ। ਇਹ ਸਭ ਕੁਛ ਕਰਾ ਧਰਾ ਹਰਿਆਣਾ ਔਰ ਪੰਜਾਬ ਸਰਕਾਰ ਕਾ ਹੈ, ਲੇਕਿਨ ਮੈਂ ਅਪੀਲ ਕਰਨਾ ਚਾਹੂੰਗਾ ਸਭੀ ਕਿਸਾਨ ਸਾਥੀਓ ਸੇ, ਮਜ਼ਦੂਰੋਂ ਸੇ, ਛੋਟੇ ਵਪਾਰੀਓ ਸੇ, ਪੂਰੀ ਆਵਾਮ ਸੇ, ਇਹ ਹਮਾਰੀ ਅਕੇਲੋਂ ਕੀ ਲੜਾਈ ਨਹੀਂ ਹੈ, ਹਮਾਰੀ ਡਿਮਾਂਡ ਨੇ ਬਿਜਲੀ ਬਿੱਲ ਰੱਦ ਕਰਾਣੇ ਕੀ ਹੈ, ਜਹਾਂ MSP ਗਰੰਟੀ ਔਰ ਕਾਨੂੰਨ ਬਣਾਉਣੇ ਕੀ ਹੈ, ਕਾਰਪੋਰੇਟ ਘਰਾਨੋਂ ਕੋ ਕਾਲਾ ਬਾਜ਼ਾਰੀ ਰੋਕਣੇ ਕੀ ਹੈ, ਪੂਰੀ ਆਵਾਮ ਕੀ ਲੜਾਈ ਹੈ। ਸਭੀ ਲੋਕ ਹਮਾਰੇ ਸਾਥ ਹੈ, ਜਿਨਕੇ ਮਜ਼ਬੂਤੀ ਕੇ ਕਾਰਨ ਹਮ ਯਹਾਂ ਪਰ ਬੈਠੇ ਹੈ। ਰਾਸਤਾ ਸਰਕਾਰ ਨੇ ਬੰਦ ਕੀਆ ਹੈ, ਇਸ ਰਾਸਤਾ ਕੋ ਖੁਲਵਾਣੇ ਕੇ ਲੀਏ ਹਮਨੇ ਆਪਣਾ ਨੌਜਵਾਨ ਸ਼ੁਭਕਰਨ ਸ਼ਹੀਦ ਕੀਆ, ਹਮਨੇ 400 ਸੇ ਉੱਪਰ ਆਪਣੇ ਸਾਥੀ ਇੰਜਰਡ ਕਰਾਏ, ਪਾਂਚ ਆਪਣੇ ਕਿਸਾਨ ਸਾਥੀਓ ਕੀ ਆਂਖੇ ਗਵਾਈ, ਜਿਸ ਕਾਰਨ ਕੀ ਬਾਜੂ ਮੇਂ ਗੋਲੀ ਖਾਈ, ਨਾ ਜਾਣੇ ਕਿਤਨੇ ਵਿਕਲੋਂ ਕਾ ਨੁਕਸਾਨ ਹਮਨੇ ਕਰਾਇਆ ਔਰ ਕਰੋੜੋਂ ਰੁਪਈਏ ਲੋਕੋ ਨੇ ਇਕੱਠੇ ਹੋਕਰ ਯਹਾਂ ਪਰ ਹਿੰਮਤ ਕੀ ਹੈ। ਇਸ ਲਈ ਹਮ ਤਾਂ ਰਾਸਤਾ ਖੁਲਵਾਣੇ ਕੇ ਲੀਏ ਜਬ ਵੀ ਆਏ, ਜੋ ਜੋ ਸਾਥੀਓ ਕੋ ਤਕਲੀਫ ਹੈ ਵੋ ਹਮਾਰੇ ਸਾਥ ਹੈ, ਹਮ ਉਨਕੇ ਸਾਥ ਮਿਲ ਕੇ ਇਹ ਰਾਸਤਾ ਖੋਲੇਂਗੇ, ਯਹੀ ਆਪਕੇ ਮਾਧਿਅਮ ਸੇ ਕਹਿਣਾ ਚਾਹਤੇ ਹੈ। ਪੱਤਰਕਾਰ ਦੋਸਤੋ, ਇੰਡੀਆ ਕ੍ਰਾਈਮ ਨਿਊਜ਼, ਜ਼ੁਲਮ ਕੇ ਖਿਲਾਫ ਜੰਗ, ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼।